ਸੁਣਨ ਦਾ ਹਲਾ ਪਤਾ ਜੀ ਵੀ ਇਹ ਕਿਹੜੀ ਕਿਹੜੀ ਨੇ ਉਹ ਦਾ ਸ਼ੱਕ ਨਹੀਂ ਪਤਾ ਸਾਡੇ ਹਾਂ ਜੀ ਬਾਬਾ ਜੀ ਨਸ਼ਲ ਤਾਂ ਇਹ ਸਾਰੇ ਪੰਥ ਹੀ ਆ ਜੀ ਇਹਦੇ ਚ ਇੱਕ ਨਸ਼ਲ ਨਹੀਂ ਜੀ ਇਹਦੇ ਚ ਅੱਛਾ ਹਾਂ ਇਹ ਮਿਕਸ ਨਹੀਂ ਕੋਈ ਤਾਜ ਆ ਜੀ ਕੋਈ ਬਾਜ ਆ ਹਾਂ ਉਹ ਟੋਟੀ ਨਸ਼ਲਾਂ ਦੇ ਆ ਜੀ ਠੀਕ ਹੈ ਚਲੋ ਆ ਜੀ ਕੋਈ ਫਿਰ ਗੱਲ ਕਰਦੇ ਕਿੰਨੇ ਕਿੰਨੇ ਮਹੀਨੇ ਦੇ ਬੱਕਰੇ ਨੇਗੇ ਇਹ ਹੋ ਗਿਆ ਜੀ 6 ਮਹੀਨੇ ਦਾ ਆ 6 ਮਹੀਨੇ ਦਾ ਹਾਂ ਜੀ ਹਾਂ ਤੇ ਆ ਛੋਟੇ ਵਾਲਾ ਇਹ ਹੋ ਗਿਆ 2.5 ਮਹੀਨੇ ਦਾ 2.5 ਮਹੀਨੇ ਦਾ ਮੁੱਲ ਕੀ ਕਰੇਗਾ ਮੁੱਲ ਜੀ ਇਹਦਾ ਵੀ 16000 ਇਹਦਾ ਵੀ 16000 ਦੋਨਾਂ 16000 ਬਾਜਨ ਦਾ ਬਹੁਤ ਲੱਗ ਰਿਹਾ ਰਹੇ ਬਾਜਨ ਬਾਈ ਇਹਦਾ 65 ਕਿਲੋ ਜਾਉਂਦੇ ਦਾ ਹੈਗਾ ਇਹਦਾ ਬਾਜਨ ਹਾਂ 65 ਕਿਲੋ ਦੰਦਾਂ ਦਾ ਕਿਵੇਂ ਦੱਸਿਆ ਦੰਦਾਂ 4 ਦੰਦ 4 ਦੰਦ ਬੱਕਰਾ ਬਾਈ ਮੁਰਗੇ ਦਿਖਾਉਣੇ ਕਿ ਸਾਨੂੰ ਆਪਾਂ ਲੜਾਈ ਵਾਲੇ ਬਾਪੂ ਜੀ ਬੈਠੇ ਨੇਗੇ ਆਪਣੇ ਕੋਲੇ ਇਹ ਤਿੰਨੇ ਬਾਪੂ ਜੀ ਬੈਠੇ ਨੇਗੇ ਇਹਨਾਂ ਦੇ ਨਾਲ ਕਰ ਦਿਆਂਗੇ ਆਪਾਂ ਗੱਲਬਾਤ ਮੁਰਗੇ ਦੇਖੋ ਸਾਰੇ ਸਾਰੇ ਲੜਾਈ ਵਾਲੇ ਨੇ ਜੀ ਬਾਪੂ ਜੀ डेरे चो आए ने बापू जी लो मंडी देख लड़ा नी होर भी रखे हुए जानवर आई अपने ठीक है ਕੀ ਮੁੱਲ ਕਰਦੇ ਫਿਰ ਇਹਨਾਂ ਦਾ ਹਾਂਜੀ ਮੁੱਲ ਨਹੀਂ ਇਹੋ ਕਰਦੇ ਜੀ ਜੇ ਤਾਂ ਕੋਈ ਆ ਗਿਆ ਤਾਂ ਛੰਤਾ ਤਾਂ ਕੋਈ ਪਤਾ ਨਹੀਂ ਜੀ ਕਿਵੇਂ ਕਰ ਦੇਣਾ ਅੱਛਾ ਹਾਂ ਜੀ ਤਾਂ ਉਹੀ ਆਇਆ ਜੀ ਮੰਡੀ ਦੇਖਣ ਦੇ ਬਾਰੇ ਆਏ ਬਾਬਾ ਜੀ ਕੀ ਮੁੱਲ ਕਰਦੇ ਹੋ ਮਾਂ ਕਿਹੜੇ ਦਾ ਉਹਦੇ ਉਹ ਤਾਂ ਇਹਦਾ ਬਣੇ ਦਾ ਇਹ ਤਾਂ 700 ਰੁਪਏ ਦਾ ਅੱਛਾ ਉਹ ਚੀਨੇ 1500 ਦੇ ਉਹ 3500 ਦਾ ਹੈ ਆ 3500 ਦਾ ਬਾਈ ਉਹ ਜਿਹੜਾ ਬੈਠਾ ਉਹ 2500 ਦੀ ਮੁਰਗੀ ਹੈ ਆਂਡੇ ਦਿੰਦੀ ਆ ਹਾਂ ਉਹ 1500 ਦੇ ਆ ਹਾਂ ਠੀਕ ਹੈ खान पीन जानवर बेचना ਮੁੱਲ ਹਲੇ ਲੱਗਿਆ ਨਹੀਂ ਹੈਗਾ ਫੜਾ ਜਾਣਗੇ ਪਰ ਜੇ ਕਿਸੇ ਨੇ ਲਾਇਆ ਮੁੱਲ ਬੇਜਾ ਨਹੀਂ ਲੈ ਕੇ ਲੈ ਜਾਣਗੇ ਆਪਦੇ ਵਾਪਸ ਅੱਛਾ ਜੀ ਠੀਕ ਹੈ ਜੀ ਆਹ ਦੇਖੋ ਮੰਡੀ ਦੇ ਵਿੱਚ ਮੁਰਗੇ ਵਿਕਾਉਣਾ ਵੇਚਣ ਆਏ ਹੋਏ ਨੇਗੇ ਤੇ ਇੱਥੇ ਮੁੱਲ ਲੱਗ ਹੀ ਜਾਊਗਾ ਤਕਰੀਬਨ ਕੁਛ ਲੱਗਿਆ ਵੀ ਹੈਗਾ ਬਾਬਾ ਜੀ ਮੁੱਲ ਕੇ ਕੁਛ ਨਹੀਂ ਲੱਗਿਆ ਕੁਛ ਨਹੀਂ ਅੱਛਾ ਕੀ ਲੱਗਦਾ ਆਏ ਆ ਜੀ ਹਜੇ ਲੱਗਿਆ ਨਹੀਂ ਜੀ ਕੋਈ ਮੁੱਲ ਲੱਗ ਤਾਂ ਜਾਊਗਾ ਹਾਂ ਲੱਗ ਜੀ ਮੁੱਲ ਤਾਂ ਚੰਗੀ ਗੱਲ ਹੈ ਚੰਗਾ ਜੀ ਹੈ ਬਹੁਤ ਬਹੁਤ ਧੰਨਵਾਦ ਲੈ ਵੀ ਸੁਣਨ ਦਾ ਹਲਾ ਪਤਾ ਜੀ ਵੀ ਇਹ ਕਿਹੜੀ ਕਿਹੜੀ ਨੇ ਇਹਦਾ ਸ਼ੱਕ ਨੂੰ ਪਤਾ ਸਾਡੇ ਨੂੰ ਹਾਂਜੀ ਬਾਬਾ ਜੀ ਨਸ਼ਲ ਤਾਂ ਇਹ ਸਾਰੇ ਪੰਥ ਹੀ ਆ ਜੀ ਇਹਦੇ ਚ ਇੱਕ ਨਸ਼ਲ ਨਹੀਂ ਜੀ ਇਹਦੇ ਚ ਅੱਛਾ ਹਾਂ ਇਹ ਮਿਕਸ ਨਹੀਂ ਕੋਈ ਤਾਜ ਆ ਜੀ ਕੋਈ ਬਾਜ ਆ ਹਾਂ ਔਰ ਟੋਟੀ ਨਸ਼ਲਾਂ ਦੇ ਆ ਜੀ ਠੀਕ ਹੈ ਚਲੋ ਆ ਕੋਈ ਗੱਲ ਨਹੀਂ ਬਾਪੂ ਜੀ ਬੈਠੇ ਨੇ ਇਹਨਾਂ ਦੇ ਬੱਕਰੇ ਦਿਖਾਉਣ ਲੱਗੇ ਤੁਹਾਨੂੰ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਹਾਂ ਠੀਕ ਹੈ ਚੜ੍ਹਦੀ ਗੱਲ ਜੀ ਠੀਕ ਹੈ ਕਿੰਨੇ ਕਿੰਨੇ ਮਹੀਨੇ ਦੇ ਬੱਕਰੇ ਨੇਗੇ ਇਹ ਹੋ ਗਿਆ ਜੀ 6 ਮਹੀਨੇ ਦਾ ਆ 6 ਮਹੀਨੇ ਦਾ ਹਾਂਜੀ ਹਾਂ ਤੇ ਆ ਛੋਟੇ ਵਾਲਾ ਇਹ ਹੋ ਗਿਆ ਜੀ 2.5 ਮਹੀਨੇ ਦਾ 2.5 ਮਹੀਨੇ ਦਾ ਮੁੱਲ ਕੀ ਕਰੇਗਾ ਮੁੱਲ ਜੀ ਇਹਦਾ ਵੀ 16000 ਇਹਦਾ ਵੀ 16000 ਦੋਨਾਂ 16000 ਕਰੇ ਇਹ ਕਿਵੇਂ ਇਹ ਵੱਡੇ ਦਾ 16 ਇਹਦਾ ਛੋਟੇ ਦਾ ਬਸ ਨਸਲਾਂ ਫਰਕ ਹੈ ਜੀ ਅੱਛਾ ਹਾਂਜੀ ਹਾਂਜੀ ਕਿੰਨਾ ਕੁ ਫਰਕ ਹੈਗਾ ਆਓ ਦੇਖੀਏ ਬਈ ਕਿੰਨਾ ਕੁ ਫਰਕ ਆ ਤੁਹਾਨੂੰ ਦਿਖਾਉਣੇ ਬਹਿ ਜਾਓ ਤੁਸੀਂ ਤਾਂ ਬਹਿ ਜਾਓ ਜੀ ਬਹਿ ਜਾਓ ਇਹ ਚਿੱਟੀਆਂ ਕੱਢ ਲਓ ਇਹ ਵੀ ਚਿੱਟੀਆਂ ਅੱਖਾਂ ਆਗੀਆਂ ਇਹ ਬਾਕੀ ਕਹਿ ਰਹੇ ਕੰਨ ਥੋੜੇ ਲੰਮੇ ਆਗੇ ਮੂੰਹ ਮੱਥਾ ਵੱਡਾ ਆ ਗਿਆ ਨਾ ਬਾਕੀ ਆਹ ਦੇਖ ਲਓ ਬਾਕੀ ਕਹਿ ਰਹੇ ਇਹਦਾ ਮੂੰਹ ਵੀ ਦਿਖਾ ਦੇ ਤੇ ਇਹਦਾ ਵੀ ਦਿਖਾ ਦੇ ਐ ਮੰਨ ਕੇ ਚੱਲੋ ਵੀ 1000 ਰੁਪਿਆ ਤਾਂ ਇਹਨਾਂ ਦੀ ਅੱਖਾਂ ਦੇ ਕਰਕੇ ਹੋ ਗਿਆ ਵੱਧ ਬਾਕੀ ਬੱਚਾ ਇਹ ਕਹਿ ਰਿਹਾ ਜੀ ਬੱਚਾ ਅੱਛਾ ਜੀ ਕਹਿ ਰਿਹਾ ਵੀ ਹੈ ਕਹਿ ਰਹੇ ਕਾਰਨ ਵੀ ਵੱਧਦਾ ਹਾਂਜੀ ਹਾਂਜੀ ਠੀਕ ਆ ਉਹ ਲੈਂਥ ਚ ਤਾਂ ਨਹੀਂ ਹੈਗਾ ਉਹਦੇ ਏਡਾ ਇਹ ਫਿਰ ਬੱਚਾ 2.5 ਮਹੀਨੇ ਦੇ ਉਹ 5-6 ਮਹੀਨੇ ਦਾ ਬੱਚਾ ਜੀ ਠੀਕ ਹੈ ਜੀ ਹਾਂਜੀ 16-16000 ਰੁਪਿਆ ਕਰ ਦਿੰਦੇ ਐ ਤਾਂ ਘੱਟ ਵੀ ਕਰ ਲਾਂਗੇ ਜੇ ਕੋਈ ਗਾਹਕ ਆਉਣ ਦੇ ਮੌਕੇ ਤੇ ਹਲੇ ਲੱਗਿਆ ਕੁਛ ਹਾਂ ਲੱਗੀ ਜਾਂਦੇ ਫਿਰ ਉਹ ਗੱਲ ਬਣੀ ਨਹੀਂ ਹਲੇ ਜੀ ਫਿਰ ਬਣੀ ਨਹੀਂ ਹਾਂਜੀ ਹਾਂਜੀ ਬਣ ਤਾਂ ਜਾਊਗੀ ਹਾਂ ਬਣ ਜੂ ਬਣਾ ਦੇ ਕੋਈ ਗੱਲ ਨਹੀਂ ਬਣਾ ਲੈਣਗੇ ਜੇ ਚੱਲ ਗਿਆ ਤਾਂ ਬੱਕਰੀਆਂ ਲੈ ਜਾਵਾਂਗੇ ਠੀਕ ਹੈ ਜੇ ਨਰਾਜ਼ ਸਾਹਿਬ ਜੇ ਬੱਕਰੀ ਬੱਟੇ ਬਟਾ ਕੇ ਵੀ ਨਾਲ ਲੈ ਜਾਾਂਗੇ ਜਿਵੇਂ ਚਲਾ ਦਾਂਗੇ ਆਪਾਂ ਚਲਾ ਦਾਂਗੇ ਜਿਵੇਂ ਚੱਲਿਆ ਵੀ ਵੇਗ ਗਿਆ ਤਾਂ ਵੇਚ ਦਾਂਗੇ ਹਾਂ ਅੱਟਾ ਛੱਟਾ ਹੋਵੇ ਤਾਂ ਅੱਟਾ ਛੱਟਾ ਉਹ ਵੀ ਕਰ ਦਾਂਗੇ ਬੱਟੇ ਬਟਾ ਹਾਂਜੀ 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 ਠੀਕ ਹੈ ਬੱਚੇ ਸੋਹਣੇ ਨੇ ਬਈ ਹਾਂਜੀ ਆ ਦੇਖੋ ਬੱਚੇ ਦਾ ਆ ਦੇਖੋ ਮੂੰਹ ਸਿੰਘ ਸੰਗ ਬਹੁਤ ਸੋਹਣੇ ਨੇਗੇ ਇਹ ਤਾਂ ਪਹਿਲਾਂ ਬੱਕਰਾ ਵੀ ਸੋਹਣਾ ਹੈ ਮਹੀਨਾ ਡੇਢ ਮਹੀਨਾ ਹੋ ਗਿਆ ਤੂੰ ਤੁੰਗਲ ਤੋਂ ਲਿਆ ਹੋਇਆ ਸੀ ਅੱਛਾ ਚੰਗਾ ਬਾਪੂ ਜੀ ਧੰਨਵਾਦ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਬਈ ਜੋਨੀ ਬਾਈ ਕੋਲੇ ਆਇਆਂਗੇ ਪਹਿਲਾਂ ਨਾਲ ਥੋੜੀ ਰਹਿ ਗਈ ਦੁਪਹਿਰ ਦਾ ਸਮਾਂ ਹੋ ਚੁੱਕਿਆ ਹੈਗਾ ਕੀ ਹਾਲ ਹੈ ਜੋਨੀ ਬਾਈ ਠੀਕ ਹੈ ਜੀ ਵਧੀਆ ਜੀ ਕਿੰਨੇ ਨਗ ਰਹੇਗੇ ਨਗ ਬਾਈ ਮੈਂ ਲੈ ਕੇ ਆਇਆ ਜੀ 15 15 ਲਿਆ ਸੀ ਹਾਂ ਕਿੰਨੇ ਵੇ ਤੇ ਬਾਈ ਦੀ ਮੰਡੀ ਤੇ ਤੇਜ਼ੀ ਬਹੁਤ ਹੈ ਇੱਕ ਤੇ ਤੇਜ਼ੀ ਬਹੁਤ ਤੇਜ਼ੀ ਰੇਟ ਵਧੀਆ ਮਿਲ ਗਿਆ ਅੱਜ ਪੂਰਾ ਵਧੀਆ
ਠੀਕ ਹੈ ਰਾਜਸਥਾਨੀ ਵੀਰ ਸਾਰੇ ਆਏ ਹੋਏ ਨੇ ਹਾਂ ਮੈਂ ਲਵੇ 13 ਨਾਗ ਵੇਖ ਕੇ ਦੋ ਰਹਿ ਗਏ ਬਸ ਆਏ ਦੋ ਰਹਿ ਗਏ ਬਾਈ ਹਾਂ ਦੋ ਰਹਿ ਗਏ ਠੀਕ ਹੈ ਇਹ ਬੱਕਰੇ ਦਾ ਕੀ ਮੰਗਣਾ ਹੈ ਇਹਦਾ ਆਪਾਂ ਨੇ ਮੰਗਿਆ 18000 ਰੁਪਏ ਕਿਵੇਂ ਇਹ ਖੀਰਾ ਹੈ ਜੀ ਬਾਈ ਕੱਚਾ ਖੀਰਾ ਕਿੰਨੇ ਮਹੀਨੇ ਦਊਗਾ ਇਹ ਹੈਗਾ 9 ਮਹੀਨੇ ਦਾ 9 ਮਹੀਨੇ ਦਾ ਲੈ ਬਾਈ ਕੀ ਲੱਗਿਆ ਕੀ ਇਹਤੇ ਇਹਤੇ ਲੱਗਿਆ ਬਾਈ 13500 ਰੁਪਏ ਲੱਗ ਜੂਗਾ ਇਹ ਹਾਂ ਵਗ ਜਾਣਾ ਨੇ ਵਗ ਜਾਣਾ ਨੇ 15 ਤੇ ਵਗ ਜਾਣਾ ਵਗ ਜਾਣਾ ਠੀਕ ਹੈ ਬਾਈ दो नाग ही रह गए है चार दंद दिखाने ना ये गबन है बी 1.5 महीने की ਕੁਆਲਿਟੀ ਬਹੁਤ ਵਧੀਆ ਜੀ ਡੇਢ ਦੋ ਮਹੀਨੇ ਦੀ ਗਰੰਟੀ ਦੀ ਗੱਬਣ ਤਾਂ ਨਹੀਂ ਗੀ ਗਰਾਂ ਗਰੰਟੀ ਹੈ ਦੀ ਗਰੰਟੀ ਹਾਂ ਘਰੇ ਆਪਣੇ ਬੋਗ ਤੋਂ ਲੱਗੀ ਆ ਅੱਛਾ ਹਾਂ ਕੀ ਮੁੱਲ ਕਰੇ ਇਹਦਾ ਮੁੱਲ ਇਹਦਾ 24000 ਰੁਪਏ 24000 ਲੱਗਿਆ ਕੀ ਹੈ ਬਈ ਲੱਗਿਆ ਤੇ ਇਹਦੇ ਹੈਗਾ 16500 ਰੁਪਏ 16500 ਰੁਪਏ ਹਾਂ 16500 ਰੁਪਏ ਲੱਗ ਰਿਹਾਗਾ ਹਾਈਟ ਕਿੰਨੀ ਹੋਊਗੀ ਇਹਦੀ ਹਾਈਟ ਇਹਦੀ ਹੈਗੀ 37 ਤੋਂ ਬਾਹਰ ਆ 37 ਦੇ ਲਵੇ ਲਾਉਣੇ 37 ਦੇ ਲਵੇ ਲਾਉਣੇ ਹਾਂ ਲੱਗਦਾ ਨਾ ਵਿਕ ਜਾਣੀ ਇਹਨੂੰ ਹਾਂ ਵਿਕ ਜੂ ਅੱਜ ਗਾਹਕ ਬਹੁਤ ਰੱਬ ਜਾਏ ਬਹੁਤ ਵਧੀਆ ਗਾਹਕ ਆ ਬਾਕੀ ਪ੍ਰਬੰਧ ਬਹੁਤ ਵਧੀਆ ਨੇ ਬਾਈ ਦੇ ਕੁਲਦੀਪ ਦੇ ਰੋਟੀ ਦਾ ਪ੍ਰਬੰਧ ਚਾਹ ਦਾ ਪੂਰਾ ਵਧੀਆ ਐਨ ਸਿਰੇ ਆਨੰਦ ਹੀ ਆ ਗੱਲ ਆਪਾਂ ਹਰੇਕ ਮੰਡੀ ਆਉਣੇ ਬਾਈ ਛੱਡਦੀ ਨਹੀਂ ਬਾਈ ਦੀ ਮੰਡੀ ਠੀਕ ਆ ਆਦਰ ਮਾਣ ਵਧੀਆ ਕਰਦਾ ਬਾਈ ਚੰਗੀ ਗੱਲ ਹੈ ਇਦਾਂ ਦੀ ਗੱਲ ਹੈ ਦਿਹਾੜੀ ਪੈ ਗਈ ਨਾ ਅੱਜ ਨਜ਼ਾਰਾ ਆ ਗਿਆ ਹਾਂ ਪੂਰਾ ਨਜ਼ਾਰਾ ਠੀਕ ਆ ਬਾਈ ਲੈ ਵੀ ਤੁਸੀਂ ਮੰਡੀ ਤੇ ਬਾਈ ਉਹ ਪਹੁੰਚਿਆ ਕਰੋ ਬਾਈ ਨੇ ਸਾਰੇ ਨਾਲ ਵੇਚਤੇ ਆ ਦੋ ਹੀ ਰਹਿ ਗਏ ਸੀਗੇ ਇਹ ਤਕਰੀਬਨ ਵੇਚੀ ਜਾ ਖੱਸੀ ਬੱਕਰਾ ਹੀ ਆਪਣੀ ਆ ਖੱਸੀ ਆ ਬਾਈ ਚਾਰ ਦੰਦ ਲਾਸਟ 25000 ਦਾ ਲਾਸਟ 25000 ਹਟ ਦੇਣਾਗਾ 32000 ਮੁੱਲ ਕਰਿਆਗਾ 65 ਕਿਲੋ ਵਜਨਾ ਚਾਹੁੰਦੇ ਦਾ 65 ਕਿਲੋ ਚਾਹੁੰਦੇ ਦਾ ਵਜਨਾ ਠੀਕ ਹੈ ਬਾਈ ਹੈ ਧੰਨਵਾਦ ਧੰਨਵਾਦ ਓਕੇ